ਇੱਕ ਗੈਸ ਏਜੰਸੀ ਦੇ ਮੁਲਾਜ਼ਮ ਨੂੰ ਕਾਰ ਦੇ ਵੱਲੋਂ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਮੁਲਾਜ਼ਮ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਇਹ ਮੁਲਾਜ਼ਮ ਰੇਹੜੀ ਦੇ ਉੱਤੇ ਘਰ ਘਰ ਦੇ ਵਿੱਚ ਸਿਲੰਡਰ ਦੀ ਡਿਲੀਵਰੀ ਕਰਦਾ ਸੀ ਅਤੇ ਜਦੋਂ ਇਹ ਕੰਮ ਤੋਂ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਇੱਕ ਪਿੱਛੋਂ ਦੀ ਆ ਰਹੀ ਮਰੂਤੀ ਕਾਰ ਨੇ ਇਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਇਹ ਮੌਕੇ ਤੇ ਹੀ ਗਿਰ ਜਾਂਦਾ। ਹਾਲਾਂਕਿ ਜਦੋਂ ਕਾਰ ਦੇ ਵੱਲੋਂ ਟੱਕਰ ਮਾਰੀ ਗਈ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਜੋ ਰੇਹੜੀ ਸੀ ਉਹ ਕਰੀਬ 200 ਮੀਟਰ ਤੱਕ ਦੂਰ ਚਲੀ ਜਾਂਦੀ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਇਸ ਵਿਅਕਤੀ ਦੀ ਮੌਤ ਹੋ ਗਈ ਹੈ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਮਾਰੂਤੀ ਕਾਰ ਹੈ ਉਸਦਾ ਵੀ ਜੋ ਅਗਲਾ ਹਿੱਸਾ ਹੈ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਅਤੇ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਰੇਹੜੀ ਚਾਲਕ ਜੋ ਕਿ ਏਜੰਸੀ ਦੇ ਵਿੱਚ ਕੰਮ ਕਰਦਾ ਸੀ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਤਾਂ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਇਹ ਵਿਅਕਤੀ ਅਕਸਰ ਰੇਹੜੀ ਦੇ ਉੱਤੇ ਸਿਲੰਡਰ ਰੱਖ ਕੇ ਲੋਕਾਂ ਦੇ ਘਰ ਘਰ ਪਹੁੰਚਾਉਣ ਦਾ ਕੰਮ ਕਰਦਾ ਸੀ ਅਤੇ ਜਦੋਂ ਇਹ ਏਜੰਸੀ ਤੋਂ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ, ਜਿਸ ਦੇ ਕਾਰਨ ਇਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਹੁਣ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਂਜੀ, ਇਹ ਕਿਆ ਮਾਮਲਾ ਹੋਇਆ? ਇਹ ਗੈਸ ਏਜੰਸੀ ਮੈਂ ਕੰਮ ਕਰਦਾ, ਮੇਰਾ ਨਾਮ ਅਵਿਨਾਸ਼ ਹੈ। ਜੋ ਵਹਾਂ ਸੇ ਗੁਡਾਊਨ ਸੇ ਆ ਰਹੇ ਥੇ ਦਫਤਰ ਕੇ ਤਰਫ, ਉਧਰ ਸੇ ਕਾਰ ਵਾਲੇ ਨੇ ਟੱਕਰ ਮਾਰਾ, ਇਸਕਾ ਨਾਮ ਰਾਮਦੇਵ ਹੈ, ਕਾਰ ਵਾਲੇ ਦਾਰੂ ਪੀ ਰੱਖਾ ਥਾ। ਬੱਚੇ ਨਹੀਂ ਹੈ ਕੋਈ, ਉੱਤਰ ਪ੍ਰਦੇਸ਼ ਯੂਪੀ ਸੀ। ਯਹਾਂ ਪੇ ਕਹਾਂ ਕਾਮ ਕਰਤੇ ਥੇ? ਯਹਾਂ ਜੀਰਾ ਗੈਸ ਸਰਵਿਸ। ਹੁਣੇ ਇੱਕ ਬਰੋਡ ਡੈਡ ਆਇਆ, ਪੇਸ਼ੈਂਟ ਦਾ ਨਾਮ ਹੈਗਾ ਰਾਮਦੇਵ, ਸਨ ਆਫ ਚੁਕੈਦ, ਰੈਜੀਡੈਂਟ ਆਫ ਵਿਲੇ ਬਰੱਚੀ, ਉੱਤਰ ਪ੍ਰਦੇਸ਼ ਦਾ। ਕਹਿਣ ਦੇ ਮੁਤਾਬਿਕ, ਦੱਸਣ ਦੇ ਮੁਤਾਬਿਕ, ਕਹਿੰਦਾ ਐਕਸੀਡੈਂਟ ਹੋਇਆ ਜੀਰਾ ਗੈਸ ਏਜੰਸੀ ਕੋਲ, ਜਿਹਦੇ ਕਰਕੇ ਕਹਿੰਦੇ ਸੱਟ ਲੱਗਣ ਕਰਕੇ ਇਹਦੀ ਮੌਤ ਹੋ ਗਈ ਅਤੇ ਹੁਣ ਬਸ ਬਣਦੀ ਕਾਰਵਾਈ ਕਰ ਰਹੇ ਹਾਂ ਜੀ। ਇੱਕ ਗੈਸ ਏਜੰਸੀ ਦੇ ਮੁਲਾਜ਼ਮ ਨੂੰ ਕਾਰ ਦੇ ਵੱਲੋਂ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਇਹ ਮੁਲਾਜ਼ਮ ਰੇਹੜੀ ਦੇ ਉੱਤੇ ਘਰ ਘਰ ਦੇ ਵਿੱਚ ਸਿਲੰਡਰ ਦੀ ਡਿਲੀਵਰੀ ਕਰਦਾ ਸੀ ਅਤੇ ਜਦੋਂ ਇਹ ਕੰਮ ਤੋਂ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਇੱਕ ਪਿੱਛੋਂ ਦੀ ਆ ਰਹੀ ਮਰੂਤੀ ਕਾਰ ਨੇ ਇਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਇਹ ਮੌਕੇ 'ਤੇ ਹੀ ਗਿਰ ਜਾਂਦਾ। ਹਾਲਾਂਕਿ ਜਦੋਂ ਕਾਰ ਦੇ ਵੱਲੋਂ ਟੱਕਰ ਮਾਰੀ ਗਈ ਤਾਂ ਉਸ ਸਮੇਂ ਕਿਹਾ ਜਾ ਰਿਹਾ ਕਿ ਜੋ ਰੇਹੜੀ ਸੀ ਉਹ ਕਰੀਬ 200 ਮੀਟਰ ਤੱਕ ਦੂਰ ਚਲੀ ਜਾਂਦੀ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਇਸ ਵਿਅਕਤੀ ਦੀ ਮੌਤ ਹੋ ਗਈ ਹੈ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਮਾਰੂਤੀ ਕਾਰ ਹੈ ਉਸਦਾ ਵੀ ਜੋ ਅਗਲਾ ਹਿੱਸਾ ਹੈ ਉਹ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਅਤੇ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਰੇਹੜੀ ਚਾਲਕ ਜੋ ਕਿ ਏਜੰਸੀ ਦੇ ਵਿੱਚ ਕੰਮ ਕਰਦਾ ਸੀ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਤਾਂ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਇਹ ਵਿਅਕਤੀ ਅਕਸਰ ਰੇਹੜੀ ਦੇ ਉੱਤੇ ਸਿਲੰਡਰ ਰੱਖ ਕੇ ਲੋਕਾਂ ਦੇ ਘਰ ਘਰ ਪਹੁੰਚਾਉਣ ਦਾ ਕੰਮ ਕਰਦਾ ਸੀ ਅਤੇ ਜਦੋਂ ਇਹ ਏਜੰਸੀ ਤੋਂ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ, ਜਿਸ ਦੇ ਕਾਰਨ ਇਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਹੁਣ ਇਸ ਘਟਨਾ ਤੋਂ ਬਾਅਦ ਰੋ ਰੋ ਕੇ ਬੁਰਾ ਹਾਲ ਹੈ ਅਤੇ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।